हे गाइस, वेलकम बैक एंड यू आर वाचिंग इज प्रोडक्शन पी के। मैं हाँ अजीम बुखारी। होप सो गाइस, तो सारे ठीक होंगे, वधिया होंगे। तो अज आप जो वीडियो देखने जा रहे हैं जी, उसका नाम है अ ट्रू आइडेंटिटी ऑफ कौर। कौर मतलब एक वूमेन है, आई थिंक के उस दे बारे च डॉक्यूमेंट्री आ कि कौर मतलब सरदारनी किवें सरवाइव करती है सोसाइटी दे विच। ठीक है, तो यह तो बाकी वीडियो देखने तो बाद ही पता लगता है कि किवें कि सरवाइव करती, कि मुश्किल देखने मतलब कि उन्होंने मिलदिया ने डेली रोजमर्रा की जिंदगी दे विच। उस तो बाद आप फिर वीडियो देखने तो बाद मजीद डिस्कशन करते हैं। चलते हैं फिर, पहले वीडियो देखते हैं फिर तुहानू दसदे हैं जी। कौर अट्रोस बाय सरबजीत सिंह। ओके, होप सो नवा चैनल एवं स्ट्राइक ना ठोक दियो। स्पोर्ट यंग सिख ट्रैक्टर्स डोनेट टू द फिल्म फेस्टिवल। जी सपोर्ट करो जी, इन्हों स्पोर्ट मतलब के प्रमोट कर रहे हैं सिख। ओके, जसकरण कौर दुनियादारी दे विच आंदे हुए GSC कॉलेज GGS कॉलेज। ਭੁੱਲ ਗਿਆ ਸਾਡਾ ਜਿਹੜਾ ਵਿਰਸਾ ਸੀ ਉਹ ਨਾ ਤੇ ਤੁਸੀਂ ਲਾਣੇ ਆ ਬੋਲ ਕੁੜੀਆਂ ਨਾਲ ਹੁੰਦੀਆਂ ਨੇ ਨਾ ਪਿੱਛੇ ਕੌਰ ਭੁੱਲ ਗਿਆ ਸਾਡਾ ਜਿਹੜਾ ਵਿਰਸਾ ਸੀ ਉਹ ਜਿੰਦ ਨੂੰ ਮੈਂ ਇਹੀ ਕੰਦ ਲਾਸੇ ਨਹੀਂ ਜਾਵਾਂ ਹੁਣ ਨਾ ਜਾਵੀਂ ਡਰ ਕੇ ਤੂੰ ਕਿਸੇ ਹੋਰ ਦੀ ਜਿੰਨਾ ਨੂੰ ਨਾ ਵਾਲੀਆਂ ਕੋਲ ਪੁੱਛਦਾ ਮਤਲਬ ਦੇਖਣ ਨੂੰ ਇੰਜ ਲੱਗ ਰਿਹਾ ਕਿ ਓਕੇ ਕੌਰ ਇਨ ਦਾ ਹਾਊਸ। She look like pretty. Hello, ਤੁਸੀਂ ਵੀ ਨਵੇਂ ਆਏ ਹੋ ਇਸ ਕਾਲਜ? ਸਤਿ ਸ਼੍ਰੀ ਅਕਾਲ ਜੀ। ਨਹੀਂ ਜੀ, ਮੇਰਾ ਦੂਜਾ ਸਾਲ ਹੈ। ਮੇਰਾ ਨਾਮ ਦੀਪ ਚਿਮਾ ਹੈ ਤੇ ਤੁਹਾਡਾ? ਮੈਂ ਸ਼ਰਨ ਕੌਰ। ਸ਼ਰਨ ਕੌਰ ਨਾਮ ਪਿਆਰਾ ਵੈਸੇ। If you don't mind, ਹਾਂਜੀ ਪੁੱਛੋ। ਤੁਹਾਨੂੰ ਇਸ ਬੋਝ ਨਹੀਂ ਲੱਗਦਾ ਸਿਰ ਤੇ ਪੱਗ ਜਹੀ ਤੇ ਹੀ ਤਲਵਾਰ? ਨਹੀਂ ਭੈਣੇ, ਗੁਰੂ ਦੀ ਦਿੱਤੀ ਦਾਤ ਤੇ ਆਪਣੀ ਪਹਿਚਾਣ ਕਦੇ ਬੋਝ ਨਹੀਂ ਹੁੰਦਾ, ਸਗੋਂ ਮਾਣ ਹੁੰਦਾ ਹੈ। ਹੁਣ ਸਮਾਂ ਬਦਲ ਗਿਆ, ਮਾਡਰਨ ਯੁੱਗ ਹੈ। ਬਸ ਇਸ ਮਾਡਰਨ ਯੁੱਗ ਵਿੱਚ ਅੱਜ ਕਿਤੇ ਕੌਰ ਖੋ ਗਿਆ ਹੈ। ਜਦ ਤੱਕ ਨੀਂਹ ਮਜ਼ਬੂਤ ਨਹੀਂ, ਮਕਾਨ ਤਾਂ ਆਪੇ ਹੀ ਬੋਝ ਲੱਗਣਾ ਹੈ। ਕੱਚੀ ਨੀਂਹ ਵਾਲੇ ਮਕਾਨ ਬਹੁਤ ਛੇਤੀ ਡਿੱਗਦੇ ਨੇ, ਪਰ ਸਿੱਖੀ ਦਿਲ ਵਿੱਚ ਹੋਣੀ ਚਾਹੀਦੀ ਹੈ। ਬਾਕੀ ਤੇ ਤਾਂ ਦਿਖਾਵਾ ਹੈ, ਬੰਦੇ ਦੇ ਨਾਮ ਵਿੱਚ ਕੁਝ ਨਹੀਂ ਰੱਖਿਆ। ਅੱਛਾ ਜੀ, ਕਿਉਂ ਗੁਰੂ ਜੀ ਦੇ ਅੰਦਰ ਸਿੱਖੀ ਨਹੀਂ ਸੀ? ਕੀ ਮਤਲਬ ਸਾਹਿਬਗੁਰ ਦੇ ਅੰਦਰ ਸਿੱਖੀ ਨਹੀਂ ਸੀ ਜਿਨ੍ਹਾਂ ਸਾਨੂੰ ਪੈਰ ਦੀ ਜੁੱਤੀ ਤੋਂ ਚੁੱਕ ਕੇ ਕੌਰ ਬਣਾ ਦਿੱਤਾ? ਵੈਸੇ ਤੁਹਾਡਾ ਪੂਰਾ ਨਾਮ ਕੀ ਹੈ ਜੀ? ਮਨਦੀਪ ਕੌਰ ਚੀਮਾ। ਬਸ ਜੇ ਆ ਕੌਰ ਵਾਲਾ ਅੰਦਰ ਹੋਇਆ ਹੁੰਦਾ ਤਾਂ ਅੱਜ ਜੀਵਨ ਰੂਪੀ ਕੈਰੀ ਵਿੱਚ ਫੁੱਲ ਮਹਿਕਾ ਬਣਦੇ। ਹੁਣ ਮੈਂ ਚੱਲਦੀ ਹਾਂ, ਮੇਰੀ ਕਲਾਸ ਦਾ ਟਾਈਮ ਹੋ ਗਿਆ। ਅੱਛਾ, ਸਹੀ ਹੈ, ਵੈਰੀ ਨਾਈਸ ਯਾਰ, ਅੱਛਾ ਲੱਗਾ ਇੱਥੇ ਤੱਕ ਦੇਖ ਕੇ। ਜੀ ਕੁੜੀ ਮਤਲਬ ਨਾਰਮਲ ਬੰਦੇ ਨੂੰ ਜਿਹਦਾ ਤਾਲੁਕ ਸਿੱਖੀਜ਼ਮ ਨਾਲ ਨਹੀਂ, ਉਹ ਦੇਖ ਕੇ ਥੋੜ੍ਹਾ ਜਿਹਾ ਇੱਦਾਂ ਦੇ ਪਰਸਨ ਨੂੰ ਦੇਖ ਕੇ ਥੋੜ੍ਹਾ ਜਿਹਾ ਕਨਫਿਊਜ਼ ਹੁੰਦਾ ਕਿ ਯਾਰ ਇਹ ਇੰਨੇ ਵੈਲ ਡਰੈਸਡ ਕਿਉਂ ਆ, ਕੀ ਰੀਜ਼ਨ ਦਾ ਕੁਐਸਚਨ ਰੇਜ਼ ਹੁੰਦੇ ਨੇ। ਜਿਵੇਂ ਮੁਸਲਮਾਨਾਂ ਵੂਮੈਨ ਨੂੰ ਦੇਖ ਕੇ ਉਹਨਾਂ ਨੇ ਬੁਰਖਾ ਪਾਇਆ ਹੁੰਦਾ ਅਤੇ ਨਾਨ ਮੁਸਲਿਮ ਦੇਖ ਕੇ ਕਨਫਿਊਜ਼ ਹੁੰਦੇ ਨੇ। ਪੁੱਛਣਾ ਚਾਹੁੰਦੇ ਅੱਛਾ ਓਏ ਹੋਏ ਪਰਜਾ ਨਵਾਂ ਆਇਆ ਲੱਗਦਾ। ਆਏ ਹਾਏ, ਕਿਆ ਚੀਜ਼ ਹੈ ਸਾਲਿਓ, ਆ ਬਣੂ ਥੋੜੀ ਭਾਬੀ। ਚੱਲ ਸਾਲਿਆ, ਆ ਥੋੜੀ ਭਾਬੀ ਆ ਸਾਲਿਓ, ਮੇਰੇ ਹਜੇ ਇੱਕ ਵੀ ਨਹੀਂ ਆ। ਪਿੰਡ ਵਸਿਆ ਨਹੀਂ, ਮੰਗਤੇ ਪਹਿਲਾਂ ਆ ਗਏ। ਇਹ ਚੀਜ਼ ਵੀ ਬੜੀ ਹੁੰਦੀ ਆ ਕਿ ਆ ਦੇਖਿਆ, ਜਿਹੜੇ ਮਾਡਰਨ ਨੇ ਮਾਡਰਨ ਨੂੰ ਇਦਾਂ ਦੀਆਂ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ ਤੇ ਇਹਨੂੰ ਹੀ ਕੰਪੇਅਰ ਕਰੀਏ ਤੇ ਦੂਸਰੇ ਨੂੰ। 28 ਕੁੜੀ ਦਾ 47 ਵੇਟ, ਚਿੱਟੇ ਸੂਟ ਤੇ ਦਾਗ ਪੈ ਗਏ। ਉਹ ਪੂਆ ਤੇਰੀ ਨੇ ਜੀਨ ਪਾਈ ਆ ਬਾਈ। ਓਏ ਚੁੱਪ ਚੁੱਪ, ਆ ਗਈ ਓਏ ਮਿਸ ਕੌਰ, ਗੱਲਾਂ ਸੁਣਾ ਦਿੰਦੇ ਹੋਣੇ ਮਿਸ ਕੌਰ। ਬੋਲੋ ਬਾਈ, ਉਹ ਮੈਨੂੰ ਤਾਂ ਲੈ ਜਾਓ। ਸਤਿ ਸ਼੍ਰੀ ਅਕਾਲ ਜੀ, ਕਿਵੇਂ ਰਿਹਾ ਤੁਹਾਡਾ ਪਹਿਲਾ ਦਿਨ ਅੱਜ? ਸਤਿ ਸ਼੍ਰੀ ਅਕਾਲ, ਵਧੀਆ ਸੀ। ਸ਼ਰਨ ਇੱਕ ਗੱਲ ਦੱਸੋ,
हां जी पूछो यार ओना मुंडिया ने तोहानू क्यों नहीं छेड़िया तोहानू वेख के भज गए आ सब मेरा कौर किरपान ते दस्तार वाला बोझ नहीं चक सकदे खां भज गए चंगा चल दियां मेरी भैन लड़ा ओए क्या बात है आ सब मेरा कौर किरपान ते दस्तार वाला बोझ नहीं चक सकदे समथिंग खां भज गए समथिंग समथिंग है तुहानू इस बोझ नहीं लगदा सिर ते पग जही ते तलवार नहीं पैणे गुरु दी दित्ती दात ते अपनी पहचान कदे बोझ नहीं हुंदा सगो मान हुंदा गुड सोच रही है कि हाँ यार वाकई कुछ पावर जरूर है दैट्स व्हाई शी सरवाइव यूनिवर्सिटी का कल्चर बट पाकिस्तान च ला लो जिथे भी ला लो को एजुकेशन कोई दुपट्टा नहीं कोई बुरखा नहीं हेलो शरण आओ बैठो ए ने मेरे फ्रेंड हैरी ते गुरी हेलो सत श्री अकाल जी सॉरी मैं आज गत के लिए प्रैक्टिस ले जा की गल शरण तू कोई जंग लड़नी है की पता कदों जंगी ने करे बच पवे वैसे भी सिंगा ने जंग उड़ीक विच ही रहंदी है मेरा मतलब कॉल ले चंगा चल दिया आ कुड़ी भी कितनी बोरिंग जी है ब्लैक एंड व्हाइट जी ये पॉइंट है कि लोगन बोरिंग लग रहा बट अंदरों शेर नहीं आ रही है शेर नहीं ਉੱਧਰ ਦੇਖ ਬਾਈ ਕਿਆ ਮਾਲ ਆ ਰਿਹਾ ਨਾਲ ਸਾਲੇ ਦੋ ਲੂੰਬੜ ਜੇ ਵੀ ਨੇ ਮੈਂ ਕਿਹਾ ਸੋਹਣਿਓ ਕਿੱਧਰ ਚੱਲੇ ਤਿਆਰ ਹੋ ਕੇ ਉਹ ਮੈਂ ਕਿਹਾ ਅਸੀਂ ਛੱਡ ਆਉਨੇ ਆ ਜਨਾਬ ਇਹ ਕੀ ਬਦਮੀਜ਼ੀ ਹੈ ਨਾ ਨਾ ਦੀਪ ਚੱਲ ਇੱਥੋਂ ਐਵੇਂ ਗੰਦੇ ਲੋਕਾਂ ਨੂੰ ਮੂੰਹ ਨਹੀਂ ਲਾਈਦਾ ਓਏ ਆਪਦੇ ਬੜੇ ਨੂੰ ਗੰਦਾ ਕਹਿਣਾ ਬਾਈ ਜੀ ਗਲਤੀ ਹੋ ਗਈ ਇਹਨੂੰ ਨਹੀਂ ਪਤਾ ਆਪਣੇ ਸੀਨੀਅਰ ਨਾਲ ਕਿਵੇਂ ਗੱਲ ਕਰੀ ਦੀ ਆ ਚਲੋ ਭੱਜੋ ਇੱਥੋਂ ਮੈਂ ਕਿਹਾ ਸੋਹਣਿਓ ਛੱਡਦੇ ਤੁਹਾਡੇ ਭਰਾ ਦੀਪ ਕੋਈ ਨਾ ਮੇਰੇ ਪਾਪਾ ਪੁਲਿਸ ਨੇ ਮੈਂ ਉਹਨਾਂ ਨਾਲ ਗੱਲ ਕਰਦਾ ਚੰਗਾ ਦੀਪ ਚੱਲਦੇ ਆ ਸਾਡੀ ਬੱਸ ਆ ਗਈ ਚੰਗਾ ਜੀ ਕਿਧਰੋਂ ਸ਼ਾਇਦ ਨੇ ਅਜੀਬ ਬੰਦੇ ਨੇ ਡਰਪੋਕ ਜਿਹੇ ਡਰਪੋਕ ਜਿਹੇ ਤੂੰ ਨਾ ਟੋਰੋ ਨਾ ਦੇਣਾ ਹਾਂ ਹੁਣ ਸੋਚਦੀ ਪਈ ਆਉਗੀ ਯਾਰ ਬਾਕੀ ਉਹ ਕੁੜੀ ਸ਼ੇਰ ਨਹੀਂ ਸੀ ਇਕੱਲੀ ਟੁਰਦੀ ਹੈ ਤੇ ਇਕੱਲੀ ਫਿਰਦੀ ਹੈ ਤੇ ਸਰਵਾਈਵ ਕਰ ਜਾਂਦੀ ਆ ਲੈ ਬਾਈ ਆ ਗਈ ਮੈਂ ਸਕੌਰ ਵਾਲੀ ਉਹ ਸੋਹਣੀ ਲੱਗਦੀ ਆ ਕਿਊਟ ਜਿਹੀ ਉਹ ਲੈ ਬਾਈ ਦੱਸ ਇਹ ਵੀ ਨਾਲ ਦੋ ਗਿਆਨੀ ਜੇ ਚੱਕੀ ਫਿਰਦੀ ਆ ਚਲ ਸਵਾਦ ਲੈਨੇ ਆ ਬਾਬੇ ਅੱਜ ਫੋਨ ਤੇ ਬਿਜੀ ਲੱਗਦੇ ਆ ਸਾਨੂੰ ਵੀ ਨੰਬਰ ਨੰਬਰ ਦੇ ਦੋ ਤੂੰ ਥੜਿਆ ਕੀ ਅੱਖਾਂ ਜਾਂ ਕੱਢਦਾ ਓਏ ਓਏ ਤੁਸੀਂ ਕਿੱਥੇ ਰਹਿ ਗਏ ਸੀ ਕਿਤੇ ਨਹੀਂ ਜਰਾ ਗੰਦ ਦੀ ਸਫਾਈ ਲਈ ਰੁਕੇ ਸੀ ਸਤਿ ਸ਼੍ਰੀ ਅਕਾਲ ਦੀਪ ਸਤਿ ਸ਼੍ਰੀ ਅਕਾਲ ਚਲੋ ਗਾਇਜ਼ ਇਹ ਵੀਡੀਓ ਵਾਈਂਡ ਅਪ ਕਰਦੇ ਹਾਂ ਅੱਛਾ ਤੇ ਕਿਦੋਂ ਆ 7:55 ਤੇ ਵਾਈਂਡ ਅਪ ਵੀਡੀਓ ਤੇ ਕਿਉਂਕਿ ਅਜ਼ਾਨ ਦਾ ਟਾਈਮ ਹੋਰ ਅਜ਼ਾਨਾਂ ਸ਼ੁਰੂ ਹੋਣ ਵਾਲੀਆਂ ਤੇ ਬੀਇੰਗ ਅ ਰਿਸਪੈਕਟ ਸਾਨੂੰ ਅਜ਼ਾਨ ਦੇ ਵਿੱਚ ਗੱਲ ਨਹੀਂ ਕਰਨੀ ਚਾਹੀਦੀ ਤੇ ਬਾਕੀ ਵੀਡੀਓ ਦੇ ਬਾਰੇ ਜਲਦੀ ਜਲਦੀ ਗੱਲ ਕਰੀਏ ਵੀਡੀਓ ਯਾਰ ਬੜੀ ਵਧੀਆ ਲੱਗੀ ਮੈਨੂੰ ਕਨਸੈਪਟ ਬੜਾ ਅੱਛਾ ਲੱਗਾ ਮੈਨੂੰ ਬੇਸਿਕਲੀ ਇੱਕ ਦੱਸਿਆ ਗਿਆ ਕੋਰ ਦੀ ਪਾਵਰ ਅਜ਼ਾਨ ਸ਼ੁਰੂ ਹੋ ਗਈ ਹੈ ਤੇ ਚਲੋ ਮਿਲਦੇ ਹਾਂ ਅਗਲੀ ਵੀਡੀਓ ਥੈਂਕ ਯੂ ਸੋ ਮਚ ਟੇਕ ਕੇਅਰ ਐਂਡ ਅੱਲਾ ਹਾਫਿਜ਼ ਸਤਿ ਸ਼੍ਰੀ ਅਕਾਲ